ਹਾਂਜੀ ਨਿਰਮਲ ਲੰਗਿਆ ਨਾ ਕੌਮੇ ਟੈਂਟਰ ਤੇ ਬੂਟਾ ਆਲਮ ਵਾਲਾ ਜੇ ਸਾਡੀ ਆਵਾਜ਼ ਸੁਣਦੇ ਆ ਤਾਂ ਗਰਾਊਂਡ ਦੇ ਵਿੱਚ ਆ ਜਾਣ। ਹੈਲੋ, ਠੀਕ ਹੈ ਜੀ। ਨਿਰਮਲ ਸਾਡਾ ਵੀਰ ਕਿੱਥੇ ਆ ਲੰਗਿਆ ਨਹੀਂ ਆ, ਬੂਟਾ ਸਾਡਾ ਵੀਰ ਖਾਨ ਉਹ ਵੀ ਕਿਰਪਾ ਕਰਕੇ ਪੁੱਛ ਜਾਣ ਜੀ। ਅੱਛਾ ਜੀ, ਚਲੋ ਕੋਈ ਗੱਲ ਨੀ। ਇੱਧਰ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਇੱਕ ਪਾਸੇ ਰੱਜੀਆਣਾ ਤੇ ਦੂਸਰੇ ਪਾਸੇ ਖੋਸਾ ਰਣਧੀਰ। ਰੱਜੀ ਵਾਲੇ ਦੀ ਟੀਮ ਜਿਹੜੀ ਪੁੱਜ ਚੁੱਕੀ ਹੈ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਹੈ, ਔਰ ਦੂਸਰੇ ਪਾਸੇ ਟੀਮ ਜਿਹੜੀ ਪੁੱਜ ਚੁੱਕੀ ਹੈ ਖੋਸਾ ਰਣਧੀਰ ਦੀ। ਇੱਧਰ ਨਿੱਕਾ ਰੱਜੀ ਵਾਲੇ ਦੀ ਧਰਤੀ ਦਾ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧ ਚੁੱਕੇ ਹੈ। ਉੱਧਰ ਇੱਕ ਨਿੱਕਾ ਜਰਗੜੀ ਦਾ ਬੜਾ ਮਸ਼ਹੂਰ ਹੈ, ਪਰ ਨਿੱਕੇ ਦੀ ਕਬੱਡੀ ਤੇ ਹੋਰ ਵੇਖਾਂਗੇ ਵੀ ਜੱਫਾ ਖੋਸੇ ਰਣਧੀਰ ਦਾ ਜਾਫੀ ਲਾ ਸਕੇਗਾ ਜਾਂ ਨਹੀਂ। ਪਰ ਨਿੱਕਾ ਇੱਧਰ ਕੱਦ ਵੀ ਨਿੱਕਾ ਨਿੱਕੇ ਦਾ ਤੇ ਨਾਂ ਵੀ ਨਿੱਕਾ ਹੈ। ਲਓ ਨਿੱਕਾ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਵਾਸਤੇ ਮੁੜਦਾ ਹੋਇਆ ਚੱਲ ਵੀ ਗੱਭਰੂ ਆ। ਇੱਧਰ ਖੋਸੇ ਰਣਧੀਰ ਦੀ ਤਰਫੋਂ ਅਗਲੀ ਕਬੱਡੀ ਜਿਹੜੀ ਮੈਦਾਨ ਦੇ ਵਿੱਚ ਪੈ ਚੁੱਕੀ ਹੈ, ਚੀਮਾ ਯੋਧਪੁਰ ਤੇ ਚੱਕਰ ਦੀਆਂ ਟੀਮਾਂ ਇਸ ਤੋਂ ਅਗਲੇ ਮੈਚ ਦੇ ਵਾਸਤੇ ਆਪਣੀ ਤਿਆਰੀ ਫੜ ਲੈਣ। ਦੋਨੋਂ ਟੀਮਾਂ ਨੂੰ ਬੇਨਤੀ ਹੈ, ਚੀਮਾ ਯੋਧਪੁਰ ਤੇ ਚੱਕਰ ਦੋਨੋਂ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣਗੀਆਂ। ਲਓ ਮੈਦਾਨ ਦੇ ਵਿੱਚ ਆਪਾਂ ਵੇਖਦੇ ਹਾਂ ਖੋਸੇ ਰਣਧੀਰ ਦੀ ਟੀਮ ਦਾ ਇਹ ਰੇਡਰ ਆਪਣੀ ਟੀਮ ਦੇ ਵਾਸਤੇ ਬਹੁਤ ਹੀ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ। ਇੱਧਰ ਰੱਜੀ ਵਾਲੇ ਦੀ ਧਰਤੀ ਦਾ ਸੋਨੂ ਕਬੱਡੀ ਪਾਉਣ ਦੇ ਲਈ ਵੱਧ ਚੁੱਕੇ ਹੈ। ਸੋਨੂ ਦੀ ਕਬੱਡੀ ਤੇ ਦੋ ਨੰਬਰ ਤੋਂ ਨੌਜਵਾਨ ਲੱਤੀ ਲੱਗਣ ਦੀ ਕੋਸ਼ਿਸ਼ ਕਰਦਾ। ਉੱਧਰਲੇ ਪਾਸੇ ਵੇਖੋ ਵੀ ਗੱਭਰੂ ਟਰਾਈ ਕਰਦਾ, ਇਹ ਤੋਤਾ ਹੈ ਭਲੂਰ ਵਾਲਾ ਜਿਹੜਾ ਜੱਫਾ ਨਹੀਂ ਲਾ ਸਕਿਆ। ਇਹ ਨੌਜਵਾਨ ਘਣੀਏ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਜੇਤੂ ਖਿਡਾਰੀ ਹੈ ਤੋਤਾ ਭਲੂਰ ਵਾਲਾ। ਲਓ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਜੁੜਿਆ। ਔਰ ਦੂਸਰੇ ਪਾਸੇ ਖੋਸਿਆਂ ਵਾਲੇ ਗੱਭਰੂ ਦੀ ਪਈ ਕਬੱਡੀ ਤੇ ਹੁਣ ਦੇਖਾਂਗੇ ਵੀ ਕਿਹੜਾ ਜਾਫੀ ਕਿੱਦਾਂ ਦੀ ਟਰਾਈ ਕਰਦਾ। ਉੱਧਰ ਲੱਤੀ ਲੱਗਿਆ ਗੱਭਰੂ, ਲੱਗਿਆ ਪਿਆ ਜ਼ੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ। ਔਰ ਪੁਆਇੰਟ ਜਿਹੜਾ ਇਹ ਰੇਡਰ ਦੇ ਵਾਸਤੇ ਜੁੜ ਚੁੱਕੇ ਹੈ। ਅਗਲੀਆਂ ਦੋਨੋਂ ਟੀਮਾਂ ਵੀ ਆਪਣੀ ਤਿਆਰੀ ਫੜ ਲੈਣ। ਚੀਮਾ ਯੋਧਪੁਰ ਤੇ ਚੱਕਰ ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਦੋਨੋਂ ਟੀਮਾਂ ਇਸ ਤੋਂ ਅਗਲੇ ਮੈਚ ਦੇ ਲਈ ਆਪਣੇ ਆਪ ਨੂੰ ਤਿਆਰ ਰੱਖਣਗੀਆਂ। ਉਧਰ ਨਿੱਕਾ ਰੱਜੀ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ, ਉਧਰ ਖੋਸਿਆਂ ਵਾਲੇ ਨੇ ਕੀਤੀ ਕੋਸ਼ਿਸ਼। ਉਧਰ ਗੁਰਵਿੰਦਰ ਬਰਾੜ ਤੇ ਪਿੰਡਾ ਯੂਐਸਏ ਇਹ ਝੁੰਡੀ ਦੇ ਯਾਰ ਨੇ ਕਿ ਦਾਦੇ ਪੜਦਾਦੇ ਦੀ ਸਰਦਾਰੀ ਉਹ ਸਾਂਭ ਕੇ ਰੱਖਦਾ ਕੋਈ ਕੋਈ, ਤੇ ਬਚਪਨ ਵਾਲੇ ਯਾਰਾਂ ਦੀ ਯਾਰੀ ਸਾਂਭ ਕੇ ਰੱਖਦਾ ਹੈ ਕੋਈ ਕੋਈ। ਇਹ ਬਚਪਨ ਵਾਲੇ ਯਾਰ ਨੇ ਔਰ ਅੱਜ ਮੇਰੇ ਵੀਰਿਓ ਪਰ ਜਵਾਨੀ ਦੇ ਵਿੱਚ ਆਪਣੇ ਇਸ ਜੱਦੀ ਨਗਰ ਦੇ ਵਿੱਚ ਤੀਸਰਾ ਗੋਲਡ ਕਬੱਡੀ ਕੱਪ ਮੇਰੇ ਵੀਰਿਓ ਜਿਹੜਾ ਆਰਸ਼ਕ ਮੰਜਲਾਂ ਨੂੰ ਛੁਣ ਜਾ ਰਹੇ ਹੈ। ਇਹ ਤੁਸੀਂ ਪਿੰਡ ਪੱਧਰ ਓਪਨ ਦੇ ਮੈਚ ਤੱਕਦੇ ਹੋ, ਕੱਲ ਨੂੰ ਕਬੱਡੀ ਅਕੈਡਮੀਆਂ ਦੇ ਜਿਹੜੇ ਬਾਤੀ ਤਕੜੇ ਮੈਚ ਖੇਡੇ ਜਾਣਗੇ। ਔਰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ ਜਿੱਥੇ NRI ਵੀਰ ਨੈਟ ਦੇ ਜ਼ਰੀਏ ਪੰਜਾਬ ਲਾਈਵ 1.com ਦੇ ਜ਼ਰੀਏ ਜੁੜੇ ਹੋਏ ਹੈ। ਸਾਰੇ NRI ਵੀਰਾਂ ਦਾ ਇੱਕ ਵਾਰੀ ਫਿਰ ਤੋਂ ਅਸੀਂ ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਹੈ। ਜਿੱਥੇ ਦੇਵ ਬਰਾੜ ਜੀ ਇਹ ਕੈਨੇਡਾ ਤੋਂ, ਉੱਥੇ ਹੀ ਜਗਦੀਪ ਬਰਾੜ ਜੀ ਕੈਨੇਡਾ, ਲਾਲੀ ਬਰਾੜ, ਜੱਗਾ ਬਰਾੜ ਨਾਲ ਤੇਜਿੰਦਰ ਸਿੰਘ ਗਰੇਵਾਲ, ਰਿੱਪੀ ਬਰਾੜ, ਪੱਪੂ ਬਰਾੜ, ਲੱਖਾ ਬਰਾੜ, ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਰਾੜ ਔਰ ਸੁੱਖਾ ਬਰਾੜ, ਅੰਮ੍ਰਿਤਪਾਲ ਬਰਾੜ, ਜਸਕਰਨ ਬਰਾੜ, ਇਹ ਸਾਡੇ ਵੀਰ ਕੈਨੇਡਾ ਤੋਂ ਜਿਹੜੇ ਲਾਈਵ ਪੰਜਾਬ 1.com ਦੇ ਨਾਲ ਜੁੜੇ ਨੇ। ਉੱਥੇ US ਤੋਂ ਜਾਨੀ ਬਰਾੜ, ਜਗਤਾਰ ਬਰਾੜ, ਸੇਵਕ ਘਾਲੀ, ਗੁਰਮੀਤ ਬਰਾੜ, ਤੇਜੂ ਸਿੱਧੂ ਜੀ, ਸੇਬੀ ਬਰਾੜ, ਦਵਿੰਦਰ ਠੇਕੇਦਾਰ, ਇਹ UK ਵਾਲੇ ਸਾਡੇ ਵੀਰ ਨੇ, ਔਰ ਹਰਜਿੰਦਰ ਬਰਾੜ
ਸਰਬਾ ਬਰਾੜ ਕਹਿੰਦਾ ਆਸਟ੍ਰੇਲੀਆ ਤੇ ਬੱਬੀ ਰਸ਼ੀਆ ਉਧਰ ਬੱਬੀ ਰਸ਼ੀਆ ਕਹਿੰਦਾ ਵੀ 1000 ਦੇ ਮਾਨ ਸਨਮਾਨ ਬਸੰਸਿਆ ਤੇਰੇ ਵਾਸਤੇ ਹੈ ਉਧਰ ਸਾਡਾ ਵੀਰ ਗੁਰਵਿੰਦਰ ਤੇ ਪਿੰਨਾ ਯੂਐਸਏ ਇਹਨਾਂ ਵੀਰਾਂ ਦੇ ਵੱਲੋਂ ਬਹੁਤ ਅੱਜ ਜਿਹੜੇ ਮਾਨ ਸਨਮਾਨ ਖਿਡਾਰੀਆਂ ਦੇ ਵਾਸਤੇ ਦਿੱਤੇ ਗਏ ਹੈ ਔਰ ਜਿਹੜੇ ਕਬੱਡੀ ਓਪਨ ਦੇ ਵਿੱਚ ਮੋਟਰਸਾਈਕਲ ਹੋਣੇ ਹੈ ਗੁਰਵਿੰਦਰ ਭਾਅ ਜੀ ਮੈਨੂੰ ਦੱਸਣਾ ਵੀ ਦੇ ਬਰਾੜ ਦੇ ਵੱਲੋਂ ਤੇ ਦੂਸਰੇ ਵੀਰ ਤੇਜੂ ਸਿੱਧੂ ਜੀ ਯੂਐਸਏ ਵੱਲੋਂ ਜਿਹੜੇ ਮੋਟਰਸਾਈਕਲ ਦਿੱਤੇ ਜਾਣਗੇ ਅਕੈਡਮੀਆਂ ਦੇ ਵਿੱਚ ਗੁਰਵਿੰਦਰ ਬਰਾੜ ਤੇ ਪਿੰਨਾ ਯੂਐਸਏ ਇਹਨਾਂ ਵੱਲੋਂ ਮੋਟਰਸਾਈਕਲ ਹੋਣਗੇ ਆਪਣੇ ਕਮੈਂਟੇਟਰ ਵੀਰ ਨੂੰ ਮੋਟਰਸਾਈਕਲ ਦੇਣਾ ਇਹ ਦੱਸ ਦੇਣਾ ਜੀ ਇਹ ਆਪਣੇ ਕਿਹੜੇ ਸੱਜਣਾਂ ਦੇ ਵੱਲੋਂ ਹੈ ਔਰ ਪੰਜਾਬ ਲਾਈਵ 1.com ਨੂੰ ਵੀ ਮੋਟਰਸਾਈਕਲ ਜਿਹੜਾ ਦਿੱਤਾ ਜਾਣਾ ਹੈ ਇਹ ਸਾਡੇ ਵੀਰ ਗੁਰਵਿੰਦਰ ਬਰਾੜ ਐਨਆਰਆਈ ਵੀਰਾਂ ਦੇ ਵੱਲੋਂ ਪਿੰਨਾ ਯੂਐਸਏ ਇਹ ਸਾਰੇ ਮਿੱਤਰ ਮੰਡਲੀ ਦੇ ਵੱਲੋਂ ਪੰਜਾਬ ਲਾਈਵ 1.com ਤੇ ਨਿਰਮਲ ਲੰਗਿਆਣਾ ਤੇ ਬੂਟਾ ਖਾਨ ਇਹਨਾਂ ਨੂੰ ਵੀ ਮੋਟਰਸਾਈਕਲ ਹੋਣਗੇ ਉਧਰ ਜਸਵੰਤ ਖੜਗ ਜੀਆਂ ਨੂੰ ਗੱਡੀ ਦੇ ਕੇ ਜਿਹੜੇ ਮਾਨ ਸਨਮਾਨ ਦਿੱਤੇ ਜਾਣੇ ਹੈ ਔਰ ਸਮੁੱਚੇ ਐਨਆਰਆਈ ਵੀਰਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆ ਵੀ ਲੰਗਿਆਣੀਆਂ ਕਰ ਵੀ ਗੱਲ ਸੁਣੇ ਹੈ ਲਓ ਅਗਲੀ ਕਬੱਡੀ ਦੇਖਾਂਗਾ ਵੀ ਇਸ ਵਕਤ ਸੇਖੇ ਵਾਲਾ ਕਿਤੋਂ ਦਾ ਕੇਵਲ ਸੇਖਾ ਮਹਿਰੂਮ ਖਿਡਾਰੀ ਸਾਥੋਂ ਵਿਛੜ ਚੁੱਕਾ ਹੈ ਜਦੀ ਪਿੰਡ ਸੇਖਾ ਤੇ ਜੁਗਰਾਜ ਦੀ ਕਬੱਡੀ ਇਹ ਜੁਗਰਾਜ ਸਿੰਘ ਦੂਸਰੇ ਪਾਸੇ ਸੁਖਚੈਨ ਸਿੰਘ ਚੈਨਾ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚਵਾਲਨੀ ਕਹਿੰਦੇ ਧੱਕੇ ਮਾਰ ਕੇ ਦਲਾਨੋ ਕੱਢਿਆ ਤੇ ਹਜੇ ਜੇਠ ਮਾਰੇ ਵੜਕਾਂ ਆ ਧੱਕੇ ਮਾਰ ਕੇ ਗਰਾਊਂਡੋ ਕੱਢਿਆ ਗਰਾਊਂਡ ਚੋਂ ਕੱਢਣ ਵਾਲੀ ਗੱਲ ਬਣੀ ਹੈ ਲਓ ਸਾਹਮਣੇ ਵੇਖਾਂਗਾ ਅਮਨ ਸੰਧੂ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੋਸਾ ਰਣਧੀਰ ਪਿੰਡ ਬਿਲਕੁਲ ਮੋਗੇ ਦੀ ਕੁੱਖ ਦੇ ਵਿੱਚ ਵਸਿਆ ਹੈ ਖੋਸੇ ਰਣਧੀਰ ਵਾਲਾ ਅਮਨ ਸੰਧੂ ਦੀ ਕਬੱਡੀ ਤੇ ਸਾਹਮਣੇ ਕੰਡਿਆਲ ਵਾਲੇ ਚਾਰ ਜਾਫੀ ਹੈ 75 ਕਿਲੋ ਵਰਗਦੇਵ ਜੀ ਸੋਹਣਾ ਪ੍ਰਦਰਸ਼ਨ ਕੀਤਾ ਹੈ ਤੇ ਕਬੱਡੀ ਓਪਨ ਦੀ ਗੱਲ ਵੱਖਰੀ ਖੇਡ ਦੇ ਮੈਦਾਨ ਦੇ ਵਿੱਚ ਇਸ ਵਕਤ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਲਾਈਟਾਂ ਦੀ ਧੁੱਪ ਬਣੀ ਹੋਈ ਖੇਡ ਦੇ ਮੈਦਾਨ ਵਿੱਚ ਪਰ ਅਮਨ ਦਾ ਪਿੰਡਾ ਚਮਕਦਾ ਨਜ਼ਰ ਆਉਂਦਾ ਹੈ ਇਹ ਸਾਹਮਣੇ ਗੁਰਜੰਟ ਸਿੰਘ ਕਰਦਾ ਹੋਇਆ ਕੋਸ਼ਿਸ਼ ਇਸ ਵਕਤ ਬਹੁਤ ਵਧੀਆ ਮੁਕਾਬਲਾ ਚੱਲਦਾ ਹੈ ਪਰ ਮੁਕਾਬਲਾ ਸਮਾਪਤ ਹੋ ਚੁੱਕਾ ਹੈ ਬਿੱਲਾ ਗੱਲ ਵਾਲਾ ਲੰਮੀ ਵਿਸਲ ਮਾਰ ਕੇ ਦੱਸਦਾ ਵੀ ਜਿਹੜਾ ਸਮਾਂ ਮੈਚ ਦਾ ਸਮਾਪਤ ਹੋ ਚੁੱਕਾ ਹੈ ਕਿਹੜੀ ਟੀਮ ਜਿੱਤ ਗਈ ਜੀ ਇਸ ਮੈਚ ਚੋਂ ਖੋਸਾ ਰਣਧੀਰ ਜਿੱਤ ਗਈ ਜੀ ਸਾਡੇ ਖੋਸਾ ਰਣਧੀਰ ਜਿੱਤ ਗਈ ਸਾਡੇ ਸਕੋਰਮੈਨ ਜੀ ਦੱਸ ਰਹੇ ਨੇ ਖੋਸੇ ਰਣਧੀਰ ਦੀ ਟੀਮ ਜੇ ਤੁਹਾਡੀ ਜੀ ਅਗਲਾ ਮੈਚ ਜਿਹੜਾ ਜੋਧਪੁਰ ਟੀਮਾਂ ਤੇ ਚੱਕਰ ਜੋਧਪੁਰ ਟੀਮੇ ਤੇ ਚੱਕਰ ਦਾ ਮੈਚ ਹੈ ਸੁਖਰਾਜ ਰੋਡੇ ਜੀ ਨਾਲ ਹੀ ਮੇਰੀ ਬੇਨਤੀ ਰਸੂਲਪੁਰ ਤੇ ਰਾਣਾ ਕਲੱਬ ਦੌਦਰ ਵੀ ਤਿਆਰੀ ਫੜ ਲਏ ਰਸੂਲਪੁਰ ਤੇ ਰਾਣਾ ਕਲੱਬ ਦੌਦਰ ਦੀਆਂ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣਗੀਆਂ ਆਵਾਮ ਤੇ ਸ਼ੀਸ਼ੇਵਾਲ ਇਹ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਆਪਣੇ ਆਪ ਨੂੰ ਤਿਆਰ ਰੱਖਣ ਹੁਣ ਜਿਹੜੇ ਮੁਕਾਬਲੇ ਬਹੁਤ ਤਕੜੇ ਤੁਸੀਂ ਦੇਖੋਗੇ ਦੋਨੋਂ ਟੀਮਾਂ ਪੂਰੀਆਂ ਚੋਟੀ ਦੀਆਂ ਟੀਮਾਂ ਯੋਧਪੁਰ ਟੀਮਾਂ ਤੇ ਚੱਕਰ ਦਾ ਮੈਚ ਮਿੱਤਰੋ ਫਸ ਗਈਆਂ ਗੁੰਡੀਆਂ ਹੁਣ ਬਾਹਰ ਬੈਠੇ ਲੋਕੀ ਸਾਰੇ ਗੱਲਾਂ ਕਰਦੇ ਤੇ ਟੀਮਾਂ ਦੋਨੋਂ ਚੰਗੀਆਂ ਹੁਣ ਕੌਣ ਮਾਰੂ ਧੌਲਾ ਕਿਹੜਾ ਲੈ ਕੇ ਜਾਊ ਢੇਰੀਆਂ ਤੋਂ ਚੁੱਕ ਕੇ ਆ ਜੀਤ ਦੀਆਂ ਪੱਟਾਂ ਦੇ ਵਿੱਚ ਜਾਨ ਮਿੱਤਰੋ ਉਹਨੇ ਜਾਣਾ ਜਿੱਤ ਕੇ ਜੀਤ ਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਅੱਜ ਪੱਟਾਂ ਦਾ ਜ਼ੋਰ ਪਰਖਿਆ ਜਾਵੇਗਾ ਕੋਟਲੇ ਦੀ ਧਰਤੀ ਔਰ ਦੇਖਦੇ ਵੀ ਸੰਤਾਂ ਮਹਾਂਪੁਰਸ਼ਾਂ ਦੀ ਨਿੱਘੀ ਯਾਦ ਵਿੱਚ ਸੰਤ ਬਾਬਾ ਦੇਵ ਭਾਰਤੀ ਜੀ ਤੁਹਾਡੀਆਂ ਦੁਨੀਆਂ ਗੱਲਾਂ ਕਰਦੀ ਹੈ ਉਹ ਦੁਨੀਆਂ ਦਾ ਵਡਭਾਗਾ ਬੰਦਾ ਜਿਹਦੇ ਉੱਤੇ ਰਹਿਮਤ ਤੇਰੇ ਦਰਦੀ ਹੈ ਧੰਨ ਧੰਨ ਬਾਬਾ ਦੇਵ ਭਾਰਤੀ ਜੀ ਤੁਹਾਡੀਆਂ ਦੁਨੀਆਂ ਗੱਲਾਂ ਕਰਦੀ ਹੈ ਉਹ ਦੁਨੀਆਂ ਦਾ ਵਡਭਾਗਾ ਬੰਦਾ ਜਿਹਦੇ ਉੱਤੇ ਰਹਿਮਤ ਤੇਰੇ ਦਰਦੀ ਹੈ ਕਹਿੰਦੇ ਅੱਜ ਰਾਤਾਂ ਨੂੰ ਵੀ ਮੇਲੇ ਲੱਗੇ ਹੈ ਔਰ ਦਿਨ ਦੇ ਮੇਲੇ ਚੱਲਦੇ ਹੈ ਕਹਿੰਦੇ ਵੀ ਪਰਸੋਂ ਤੋਂ ਕੱਲ੍ਹ ਤੋਂ ਲੈ ਕੇ ਆਪਾਂ ਕਬੱਡੀ ਦਾ ਨਜ਼ਾਰਾ ਤੱਕਦੇ ਮੁਬਾਰਕਬਾਦ ਦੇਵਾਂਗਾ ਐਨਆਰਆਈ ਵੀਰਾਂ ਨੂੰ ਔਰ ਸਾਰੀ ਕਲੱਬ ਨੂੰ ਜਿਨ੍ਹਾਂ ਦੇ ਵੱਡੇ ਉਦਮ ਸਦਕਾ ਤੁਸੀਂ ਆਏ ਸਾਲ ਕਬੱਡੀ ਦਾ ਮਹਾਕੁੰਭ ਦੇਖ ਰਹੇ ਔਰ ਜਲਦੀ ਜਿਹੜਾ ਮੈਚ ਸ਼ੁਰੂ ਕੀਤਾ ਜਾਵੇ ਜੀ ਬੇਨਤੀ ਹੈ ਰੈਫਰੀ ਸਾਹਿਬ ਮੇਰੀ ਬੰਮ ਜੀ ਸਕੋਰਮੈਨ